ਕਈਆਂ ਦਾ ਕਹਿਣਾ ਹੈ ਕਿ ਸ਼ਾਇਦ ਵਿਭਾਗ ਧੁੰਦ ਕਾਰਨ ਕਿਸੇ ਅਣਸੁਖਾਵੀ ਘਟਨਾ ਦੀ ਉਡੀਕ ਕਰ ਰਿਹਾ ਹੈ ਅਤੇ ਬਾਅਦ ਵਿੱਚ ਹੀ ਛੁੱਟੀਆਂ ਦਾ ਐਲਾਨ ਕੀਤਾ ਜਾਵੇਗਾ। ਜੀ ਹਾਂ ਦੋਸਤੋ, ਹੁਣੇ ਵੱਡੀ ਖਬਰ ਨਿਕਲ ਕੇ ਆਈ ਹੈ, ਅੱਗੇ ਤੁਹਾਡੇ ਨਾਲ ਸਾਂਝੀ ਕਰਾਂਗੇ। ਹਰਜੋਤ ਸਿੰਘ ਬੈਂਸ ਵੱਲੋਂ ਜਾਂ ਫਿਰ ਸਮਝ ਲਓ ਕਿ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਕਿ ਕੱਲ੍ਹ ਨੂੰ ਪੰਜਾਬ ਦੇ ਸਕੂਲ ਖੁੱਲ੍ਹਣਗੇ ਜਾਂ ਫਿਰ ਨਹੀਂ। ਅੱਗੇ ਤੁਹਾਨੂੰ ਦੱਸਦੇ ਹਾਂ, ਡਿਟੇਲ ਵਿੱਚ ਸਾਰੀ ਖਬਰ ਪੜ੍ਹ ਕੇ ਦਿਖਾਉਂਦੇ ਹਾਂ। ਅਤੇ ਦੋਸਤੋ, ਜੇਕਰ ਚੈਨਲ 'ਤੇ ਨਵੇਂ ਹੋ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਅਤੇ ਨਾਲ ਲੱਗੀ ਬੈਲ ਆਈਕਨ ਨੂੰ ਵੀ ਔਨ ਕਰ ਲੈਣਾ ਤਾਂ ਕਿ ਦੋਸਤੋ ਜਦ ਵੀ ਆਪਾਂ ਵੀਡੀਓ ਪਾਈਏ ਸ਼ਾਮ ਤੱਕ ਜਾਂ ਫਿਰ ਰਾਤ ਤੱਕ ਕੋਈ ਵੀ ਫੈਸਲਾ ਆਉਂਦਾ ਉਸਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਫੋਨ ਤੱਕ ਪਹੁੰਚ ਜਾਵੇ। ਅਤੇ ਦੋਸਤੋ, ਹੁਣ ਆਪਾਂ ਗੱਲ ਕਰਦੇ ਹਾਂ ਕਿ ਹੁਣ ਕਿਹੜੀ ਖਬਰ ਆਈ ਹੈ। ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਨਹੀਂ ਵਧਾਈਆਂ ਸਕੂਲਾਂ ਦੀਆਂ ਛੁੱਟੀਆਂ, ਸਿਰਫ ਸਮਾਂ ਬਦਲਿਆ। ਬਾਕੀ ਦੋਸਤੋ, ਅੱਗੇ ਤੁਹਾਨੂੰ ਡਿਟੇਲ ਵਿੱਚ ਖਬਰ ਦੱਸਾਂਗੇ ਕਿ ਛੁੱਟੀਆਂ ਹੋ ਵੀ ਸਕਦੀਆਂ ਨੇ, ਚਾਂਸ ਹੈਗੇ ਨੇ ਹਲੇ। ਇਸ ਲਈ ਦੋਸਤੋ, ਵੀਡੀਓ ਨੂੰ ਪੂਰੀ ਦੇਖ ਕੇ ਜ਼ਰੂਰ ਜਾਣਾ। ਪੰਜਾਬ ਵਿੱਚ ਇੰਨੀ ਦਿਨੀ ਜਿੱਥੇ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਡ ਪੈ ਰਹੀ ਹੈ ਅਤੇ ਲੋਕ ਠੰਡ ਤੋਂ ਬਚਣ ਲਈ ਘਰਾਂ ਵਿੱਚ ਬੈਠੇ ਹੋਏ ਹਨ, ਉੱਥੇ ਹੀ ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੇ ਇੱਕ ਹੈਰਾਨੀਜਨਕ ਫੈਸਲਾ ਲਿਆ ਹੈ। ਅਧਿਆਪਕਾਂ ਅਤੇ ਮਾਪਿਆਂ ਦੀ ਉਮੀਦਾਂ ਦੇ ਉਲਟ, ਸਿੱਖਿਆ ਵਿਭਾਗ ਨੇ ਸਰਦੀਆਂ ਦੀਆਂ ਛੁੱਟੀਆਂ ਵਧਾਉਣ ਦੀ ਬਜਾਏ ਸਕੂਲਾਂ ਦੇ ਖੋਲ੍ਹਣ ਅਤੇ ਬੰਦ ਕਰਨ ਦਾ ਸਮਾਂ ਬਦਲ ਦਿੱਤਾ ਹੈ। ਇਹ ਸਮਾਂ ਸਿਰਫ ਅੱਧਾ ਘੰਟਾ ਵਧਾਇਆ ਗਿਆ ਹੈ। ਵਿਭਾਗ ਦੇ ਹੁਕਮਾਂ ਅਨੁਸਾਰ ਹੁਣ 1 ਜਨਵਰੀ ਤੋਂ ਸਕੂਲ ਸਵੇਰੇ 10 ਵਜੇ ਖੁੱਲ੍ਹਣਗੇ ਅਤੇ ਦੁਪਹਿਰ 3 ਵਜੇ ਬੰਦ ਹੋਣਗੇ। ਜੀ ਹਾਂ ਦੋਸਤੋ, 1 ਜਨਵਰੀ ਤੋਂ ਕਿਹਾ ਗਿਆ ਕਿ 10 ਵਜੇ ਸਕੂਲ ਖੁੱਲ੍ਹਣਗੇ ਅਤੇ ਦੁਪਹਿਰ ਨੂੰ 3 ਵਜੇ ਛੁੱਟੀ ਹੋਵੇਗੀ। ਬਾਕੀ ਦੋਸਤੋ, ਸ਼ਾਮ ਤੱਕ ਕੋਈ ਵੀ ਫੈਸਲਾ ਹੋ ਸਕਦਾ ਹੈ। ਅੱਗੇ ਸਾਂਝੀ ਕਰਦੇ ਹਾਂ ਪੂਰੀ ਖਬਰ। ਇੱਕ ਦੋਸਤੋ, ਮੌਸਮ ਵਿਭਾਗ ਵੱਲੋਂ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਬਹੁਤ ਜ਼ਿਆਦਾ ਧੁੰਦ ਪੈਣ ਵਾਲੀ ਹੈ ਅਗਲੇ ਦਿਨਾਂ ਵਿੱਚ, ਕਈ ਦਿਨਾਂ ਵਿੱਚ। ਅਧਿਆਪਕਾਂ ਅਤੇ ਮਾਪਿਆਂ ਨੇ ਵਿਭਾਗ ਦੇ ਇਸ ਹੁਕਮ ਨੂੰ ਗਲਤ ਫੈਸਲਾ ਕਰਾਰ ਕੀਤਾ ਹੈ। ਉਹਨਾਂ ਦਾ ਇਹ ਕਹਿਣਾ ਹੈ, ਜਿੱਥੇ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਲਈ ਅਲਰਟ ਜਾਰੀ ਕੀਤਾ ਜਾ ਰਿਹਾ ਹੈ, ਉੱਥੇ ਹੀ ਬੱਚਿਆਂ ਦੀਆਂ ਛੁੱਟੀਆਂ ਵਧਾਉਣ ਦੀ ਬਜਾਏ ਸਿਰਫ ਸਕੂਲਾਂ ਦਾ ਸਮਾਂ ਹੀ ਬਦਲਿਆ ਗਿਆ ਹੈ। ਕਈਆਂ ਦਾ ਕਹਿਣਾ ਹੈ ਕਿ ਸ਼ਾਇਦ ਵਿਭਾਗ ਧੁੰਦ ਕਾਰਨ ਕਿਸੇ ਅਣਸੁਖਾਵੀ ਘਟਨਾ ਦੀ ਉਡੀਕ ਕਰ ਰਿਹਾ ਹੈ ਅਤੇ ਬਾਅਦ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਜਾਵੇਗਾ। ਹਾਂਜੀ ਦੋਸਤੋ, ਹੁਣ ਕਈਆਂ ਦਾ ਕਹਿਣਾ ਹੈ ਕਿ ਧੁੰਦ ਬਹੁਤ ਜ਼ਿਆਦਾ ਗਈ, ਰੋਡਾਂ ਉੱਤੇ ਛਾਈ ਹੋਈ ਹੈ ਧੁੰਦ, ਕਿ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਨੇ। ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਦੇ ਸਕੂਲਾਂ ਵਿੱਚ ਛੁੱਟੀਆਂ ਵਧਾਈਆਂ ਜਾਣ, ਕਿ ਵੱਧ ਤੋਂ ਵੱਧ 7 ਜਨਵਰੀ ਜਾਂ ਫਿਰ ਲੋਹੜੀ ਤੱਕ ਕਰ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ। ਇੱਕ ਤੁਹਾਨੂੰ ਆਪਾਂ ਚੇਤਾਵਨੀ ਦਿਖਾ ਦਿੰਦੇ ਹਾਂ, ਅੰਮ੍ਰਿਤਸਰ ਵਿਖੇ 0 ਮੀਟਰ ਵਿਜੀਬਿਲਟੀ, ਦੇਖੋ ਆਪਣੇ ਸ਼ਹਿਰ ਦਾ ਹਾਲ। ਭਾਰਤੀ ਮੌਸਮ ਵਿਭਾਗ ਵੱਲੋਂ 31 ਦਸੰਬਰ 2023 ਦੀ ਰਾਤ ਤੋਂ 2 ਜਨਵਰੀ 2024 ਦੇ ਸਵੇਰ ਤੱਕ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ ਅਤੇ ਅਗਲੇ 3 ਦਿਨ ਤੱਕ ਵੱਖ ਵੱਖ ਹਿੱਸਿਆਂ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ। ਇਸ ਦੌਰਾਨ ਵਿਜੀਬਿਲਟੀ 50 ਮੀਟਰ ਤੋਂ ਵੀ ਘੱਟ ਰਹੇਗੀ। ਹਾਂਜੀ ਦੋਸਤੋ, ਹੁਣ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ ਕਿ ਧੁੰਦ ਬਹੁਤ ਜ਼ਿਆਦਾ ਪੈਣ ਵਾਲੀ ਹੈ, ਕਿ ਆਪਣੇ ਆਪਣੇ ਘਰਾਂ ਵਿੱਚ ਰਹੋ। ਇਸ ਕਰਕੇ ਸਰਕਾਰ ਨੂੰ ਇਹੀ ਬੇਨਤੀ ਹੈ ਕਿ ਛੁੱਟੀਆਂ ਕਰ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ। ਬਾਕੀ ਦੋਸਤੋ, ਵੱਧ ਤੋਂ ਵੱਧ ਕਮੈਂਟ ਕਰ ਦਿਓ ਨੈਕਸਟ ਵੀਡੀਓ 'ਚ ਆਪਾਂ ਤੁਹਾਡਾ ਕਮੈਂਟ, ਜਿਹਦੇ ਜ਼ਿਆਦਾ ਲਾਈਕ ਹੋਣਗੇ, ਤੁਹਾਡੀ ਰਾਏ ਆਪਾਂ ਨੂੰ ਵਧੀਆ ਲੱਗੀ ਤਾਂ ਫਿਰ ਨੈਕਸਟ ਵੀਡੀਓ 'ਚ ਆਪਾਂ ਤੁਹਾਡਾ ਕਮੈਂਟ ਵੀ ਸ਼ੋਅ ਕਰਾਂਗੇ। ਉਹ ਤੱਕ ਲਈ ਸਾਰਿਆਂ ਨੂੰ ਧੰਨਵਾਦ। ਚੈਨਲ 'ਤੇ ਨਵੇਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖ ਲੈਣਾ, ਜੇਕਰ ਤੁਹਾਨੂੰ ਹਾਲੇ ਤੱਕ ਨਹੀਂ ਕੀਤਾ ਸਬਸਕ੍ਰਾਈਬ ਕਰਕੇ, ਨਾਲ ਲੱਗੀ ਘੰਟੀ ਨੂੰ ਆਲ ਨੋਟੀਫਿਕੇਸ਼ਨ ਸੈੱਟ ਕਰ ਲਿਓ, ਕਿਉਂਕਿ ਦੋਸਤੋ ਇੱਦਾਂ ਦੀਆਂ ਲੇਟੈਸਟ ਅਪਡੇਟਸ ਤੁਹਾਨੂੰ ਆਪਣੇ ਚੈਨਲ 'ਤੇ ਮਿਲਦੀ ਰਹਿ ਕਰਨਗੀਆਂ। ਅਤੇ ਤੁਹਾਡੇ ਪੇਪਰਾਂ ਦੀ ਵੀ ਅੱਗੇ ਤਿਆਰੀ ਆਪਾਂ ਕਰਵਾਵਾਂਗੇ, ਫਾਈਨਲ ਪੇਪਰਾਂ ਦੀਆਂ, ਬੋਰਡ ਦੇ ਪੇਪਰ, ਨੋਨ ਬੋਰਡ ਦੇ ਪੇਪਰ, ਸਾਰਿਆਂ ਦੀ ਤਿਆਰੀ ਕਰਵਾਵਾਂਗੇ। ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਉ ਅਤੇ ਕਮੈਂਟ ਕਰ ਦਿਉ ਤੁਹਾਡੀ ਕੀ ਰਾਏ ਹੈ ਕਿ ਛੁੱਟੀਆਂ ਹੋਣੀਆਂ ਚਾਹੀਦੀਆਂ ਨੇ ਜਾਂ ਫਿਰ ਨਹੀਂ। ਧੰਨਵਾਦ।